ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਪਲਾਮੂ ਵਿੱਚ ਕੀਤੀ ਜਨਸਭਾ, ਕਿਹਾ ਗਰੀਬਾਂ ਦਾ ਆਸ਼ੀਰਵਾਦ ਮੇਰੀ ਪੂੰਜੀ, ਕਿਹਾ ਦੇਸ਼ ਨੂੰ ਇੱਕ ਵਾਰ ਫਿਰ ਮਜ਼ਬੂਤ ਸਰਕਾਰ ਦੀ ਲੋੜ। ਦਿੱਲੀ ਵਿੱਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਵਿੱਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿੱਚ ਬੀਜੇਪੀ ਵਿੱਚ ਕੀਤੀ ਸ਼ਮੂਲੀਅਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿੱਚ ਚੈਤਰ ਵਸਾਵਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ, ਕਿਹਾ ਅਸੀਂ ਲੜਾਂਗੇ ਤੇ ਜਿੱਤਾਂਗੇ। ਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਪਲਾਮੂ ਦੇ ਚਿਆਂਕੀ ਹਵਾਈ ਅੱਡੇ ਦੇ ਮੈਦਾਨ ਵਿੱਚ ਇੱਕ ਵੱਡੀ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਵੀਡੀ ਰਾਮ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਇੰਡੀਆ ਅਲਾਇੰਸ ਉੱਤੇ ਤਿੱਖੇ ਨਿਸ਼ਾਨੇ ਸਾਧੇ। ਇਕੱਠ ਨੂੰ ਦੇਖਦੇ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਦਿਨੇ ਹੀ ਕਾਂਗਰਸ ਅਤੇ JMM ਨੂੰ ਤਾਰੇ ਵਿਖਾ ਦਿੱਤੇ ਨੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੀਲਾਂਬਰ ਅਤੇ ਪਿਤਾਂਬਰ ਦੀ ਧਰਤੀ ਹੈ, ਉਹ ਇੱਥੇ ਆਉਣ ਵਾਲੀਆਂ ਮਾਵਾਂ ਭੈਣਾਂ ਦੇ ਪਿਆਰ ਅਤੇ ਆਸ਼ੀਰਵਾਦ ਨੂੰ ਨਹੀਂ ਭੁੱਲ ਸਕਦੇ। ਆਪਣੇ ਸੰਬੋਧਨ ਵਿੱਚ PM ਮੋਦੀ ਨੇ ਕਾਂਗਰਸ ਸਰਕਾਰ ਨੂੰ ਕਮਜ਼ੋਰ ਦੱਸਿਆ ਅਤੇ ਇੱਕ ਵਾਰ ਫਿਰ ਦੇਸ਼ ਵਿੱਚ ਮਜ਼ਬੂਤ ਸਰਕਾਰ ਬਣਾਉਣ ਦੀ ਅਪੀਲ ਕੀਤੀ। PM ਮੋਦੀ ਨੇ ਕਿਹਾ ਕਿ ਤੁਹਾਡੇ ਆਸ਼ੀਰਵਾਦ ਨਾਲ ਹੁਣ 25 ਸਾਲ ਹੋ ਜਾਣਗੇ ਜਦੋਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਦੇਸ਼ ਵਾਸੀਆਂ ਦੀ ਸੇਵਾ ਕਰ ਰਹੇ ਨੇ। ਉਹਨੇ ਕਿਹਾ ਕਿ 25 ਸਾਲਾਂ ਵਿੱਚ ਤੁਹਾਡੇ ਆਸ਼ੀਰਵਾਦ ਦੇ ਨਾਲ ਮੋਦੀ ਉੱਤੇ ਘੁਟਾਲੇ ਦਾ ਇੱਕ ਵੀ ਦਾਗ ਨਹੀਂ ਲੱਗਿਆ। ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਲਵਲੀ ਭਾਜਪਾ ਵਿੱਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ BJP ਪ੍ਰਧਾਨ ਵਰਿੰਦਰ ਸਚਦੇਵਾ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਉਹਨਾਂ ਨੂੰ BJP ਵਿੱਚ ਸ਼ਾਮਲ ਕਰਵਾਇਆ। ਕੁਝ ਦਿਨ ਪਹਿਲਾਂ ਹੀ ਅਰਵਿੰਦਰ ਸਿੰਘ ਲਵਲੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਅਰਵਿੰਦਰ ਲਵਲੀ ਦੇ ਨਾਲ ਹੀ ਕਾਂਗਰਸ ਨੇਤਾ ਰਾਜ ਕੁਮਾਰ ਚੌਹਾਨ, ਅਮਿਤ ਮਲਿਕ, ਤਿੰਨ ਵਾਰ ਦੇ ਵਿਧਾਇਕ ਰਹੇ ਨਸੀਬ ਸਿੰਘ ਅਤੇ ਨੀਰਜ ਬਸੋਆ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ। ਅਰਵਿੰਦਰ ਲਵਲੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ। ਉਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਦਿੱਲੀ ਕਾਂਗਰਸ ਦੇ ਮੁਖੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਆਪ ਸਭ ਲੋਗੋਂ ਕੋ ਮਾਲੂਮ ਹੈ ਕਿ ਕਿਸ ਹਾਲਾਤ ਮੇਂ ਮੈਨੇ ਜੋ ਹੈ ਪ੍ਰਦੇਸ਼ ਕਾਂਗਰਸ ਕਮੇਟੀ ਕੇ ਅਧਿਕਸ਼ ਪਦ ਸੇ ਇਸਤੀਫਾ ਦਿਆ ਥਾ। ਉਸ ਇਸਤੀਫੇ ਕੇ ਬਾਅਦ ਤਮਾਮ ਆਪਣੇ ਸਾਥੀਓ ਸੇ ਮੈਂ ਮਿਲਾ ਥਾ, ਹਜ਼ਾਰੋਂ ਕਾਂਗਰਸ ਕਾਰਯਕਰਤਾ ਜੋ ਹਮ ਸਭ ਲੋਗੋਂ ਕੇ ਸਾਥ ਦਿੱਲੀ ਕੀ 70 ਕੀ 70 ਵਿਧਾਨ ਸਭਾਓਂ ਮੇਂ ਜੁੜੇ ਹੋਏ ਹੈ। ਉਨ ਤਮਾਮ ਲੋਗੋਂ ਨੇ ਕਿਹਾ ਕਿ ਆਪਕੋ ਘਰ ਨਹੀਂ ਬੈਠਣਾ ਹੈ। ਮੈਨੇ ਇਮਾਨਦਾਰੀ ਸੇ ਫੈਸਲਾ ਸੋਚਾ ਥਾ ਕਿ ਇਸਤੀਫਾ ਦੇਣੇ ਕੇ ਬਾਅਦ ਘਰ ਬੈਠੂੰਗਾ। ਉਨ ਤਮਾਮ ਲੋਗੋਂ ਨੇ ਕਿਹਾ ਕਿ ਆਪਕੋ ਘਰ ਨਹੀਂ ਬੈਠਣਾ ਹੈ, ਦਿੱਲੀ ਔਰ ਦੇਸ਼ ਕੀ ਲੜਾਈ ਕੋ ਲੜਨੇ ਕੇ ਲੀਏ ਇੱਕ ਐਸੀ ਸਸ਼ਕਤ ਪਾਰਟੀ ਮੇਂ ਜਾਣਾ ਹੈ ਔਰ ਉਸਮੇਂ ਦਿੱਲੀ ਕੇ ਲੋਗੋਂ ਕੀ ਲੜਾਈ ਜੋ ਹੈ ਆਪਕੋ ਲੜਨੀ ਹੈ। ਤੋ ਇਸ ਲਈ ਹਮ ਤਮਾਮ ਸਾਥੀਓ ਨੇ ਔਰ ਹਮ ਕੇਵਲ ਆਜ ਹਮ ਇਹ 5 ਸਾਥੀ ਨਹੀਂ ਹੈ, ਇੱਕ ਲੰਬਾ ਕਾਫਿਲਾ ਹੈ ਜਿਨ੍ਹਾਂ ਨੇ ਇਹ ਤੈਅ ਕੀਆ ਹੈ। ਆਉਣ ਵਾਲੇ ਸਮੇਂ ਮੇਂ ਆਪ ਦੇਖੋਗੇ ਕਿ ਨਰਿੰਦਰ ਮੋਦੀ ਜੀ, ਨੱਡਾ ਜੀ
अमित शाह जी का धन्यवाद करते हुए हम निश्चित रूप से दिल्ली के लोगों की लड़ाई भारतीय जनता पार्टी में रह के मजबूती के साथ जो है हम लोग लड़ेंगे। आज प्रश्न ये है, मुझे बहुत सारे मेरे साथियों ने कहा कि आप पहले भी कुछ समय के लिए आए थे फिर चले गए। मैंने कहा कि 18 वर्ष की आयु में मैंने कांग्रेस पार्टी ज्वाइन की थी। ठीक बात है कि बीच में कुछ समय के लिए मैं आया था और कुछ माह में वापस चला गया था, इसलिए कि 18 वर्ष में हमको ये बताया गया था कि इंदिरा जी ने एक भाषण किया था और कहा था कि मेरा खून का कतरा कतरा इस देश के लिए है, और आज अगर हम वापस आए हैं तो इसलिए आए कि हमने भाषण सुना था कतरे कतरे का। आज कांग्रेस पार्टी कतरे कतरे से टुकड़े टुकड़े तक पहुंच गई है, इसलिए जो है हम लोगों ने फैसला किया कि देश के लिए कोई पार्टी अगर लड़ रही है तो हमको घर बैठने की बजाय उस पार्टी में अपना योगदान देना चाहिए, उस सशक्त नेतृत्व को मजबूत करना चाहिए। तो इसलिए जो है हम तमाम साथी, राजकुमार चौहान जी जो बरसों तक जिन्होंने दिल्ली को नेतृत्व दिया है, नसीब सिंह जी बहुत ही हमारे सीनियर लीडर हैं, नीरज बसोया जी, अमित मलिक जी, हम तमाम लोगों ने इमीडिएटली ज्वाइन करने का फैसला किया और बहुत सारे हमारे साथी आने वाले दिनों में आप ज्वाइन करते हुए देखेंगे। अब कुछ बचा नहीं है, वो लोग अपने कार्यकर्ताओं की इज्जत करना नहीं चाहते। मैं तो कहता हूँ कि जो हमारे सोनिया गांधी जी उस वक्त रही अध्यक्ष, उसके समय जो कांग्रेस थी उसके बाद आगे कांग्रेस बची नहीं है। राहुल गांधी जी सिर्फ दो चार आदमियों के कंट्रोल में रहते हैं, जो लोग बोल देते हैं वो लोग वही बातें वो लोग करते हैं, और एक सबसे बड़ा उनके नेतृत्व के अंदर कांग्रेस धीरे 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 पतन की ओर जा रही है, जिसका जीता जागता नमूना आपके सामने हम सब यहाँ खड़े हैं। और ये तो एक लिमिटेड है, बहुत से लोग हमारे साथ साथ बीजेपी में आना चाहते हैं, हम लोग काम करना चाहते हैं, हमने दिल्ली शहर को बनाया है, दिल्ली के अंदर इतने फ्लाईओवर्स हम लोगों ने बनाए थे, इतने रोड बनाए, इतने स्ट्रीट लाइटें, इतने सब वे, एजुकेशन का सिस्टम हमारे समय के अंदर हम लोगों ने अच्छा किया था। केजरीवाल जी ने कुछ नहीं अच्छा किया, वो सिर्फ क्रीम पॉलिश उन्होंने स्कूलों में ज़रूर वाइट वॉश वगैरह कराया होगा, लेकिन जो काम हम लोगों ने किया, आज देखिए 20,000 फ्लैट EWS के लिए हम लोगों ने बना के तैयार किए थे, और इस गवर्नमेंट ने एक फ्लैट किसी को, गरीब आदमी को, झुग्गी झोपड़ी वालों को अलॉटमेंट नहीं करके दिया, ये उनका नज़रिया है। GST में दुनिया भर का पैसा दिल्ली के लोग देते हैं, लेकिन दिल्ली की बेहतरी के लिए कोई काम नहीं किया इन लोगों ने। कहते हैं 24 घंटे बिजली हम दे रहे हैं, इन बेवकूफ़ों को ये नहीं पता कि किसने दी बिजली 24 घंटे बिजली हमारे समय के अंदर, शीला जी के समय के अंदर हम लोगों ने दी थी। इन लोगों ने उस वक्त हम लोगों पे आरोप लगाए कि हम चोर हैं। पंजाब के मुख्यमंत्री भगवंत मान ने गुजरात के भरूच विखे पहुंच के आम आदमी पार्टी के उम्मीदवार चैत्र वसावा लई चोण प्रचार किया। भगवंत मान ने इत्थे रोड शो कढ़िया, वागरा, जंबूसर, करजन विखे लोगों संबोधन किया।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਸੁਣ ਲਈ ਇਕੱਤਰ ਹੋਏ ਸਨ। ਬਾਗਰਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਰੂਚ ਵਿੱਚ ਸਭ ਦਾ ਧਿਆਨ ਹੈ ਕਿ ਇੱਥੇ ਕੀ ਹੋਵੇਗਾ, ਕਿਉਂਕਿ ਭਰੂਚ ਦੇ ਲੋਕ ਕ੍ਰਾਂਤੀਕਾਰੀ ਨੇ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੈਤਰ ਭਾਈ ਵਸਾਵਾ ਲੋਕਾਂ ਅਤੇ ਉਹਨਾਂ ਦੇ ਹੱਕਾਂ ਲਈ ਲੜਦੇ ਨੇ। ਉਹਨਾਂ ਕਿਹਾ ਕਿ ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਲੜਦੇ ਨੇ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਇੱਕ ਨੰਬਰ ਪਰ ਬਟਨ ਹੈ ਔਰ ਜੈਸੇ ਹੀ ਇੱਕ ਨੰਬਰ ਕਾ ਬਟਨ ਦਬਾਓਗੇ ਮਸ਼ੀਨ ਮੇਂ ਸੇ ਇੱਕ ਆਵਾਜ਼ ਆਏਗੀ ਐਸੇ ਕਰਕੇ। ਉਹ ਮਸ਼ੀਨ ਕੀ ਆਵਾਜ਼ ਨਹੀਂ ਹੋ ਗਈ, ਉਹ ਬੀਜੇਪੀ ਵਾਲੋਂ ਕੀ ਚੀਖੇ ਹੋ ਗਈ। ਇਹ ਸਮਝਦੇ ਨਾ, ਇਹਨੇ ਹਮਾਰੀ ਚੀਖੇ ਬਹੁਤ ਨਿਕਲਵਾਈਆਂ, ਅਬ ਇਨਕੀ ਬਾਰੀ ਹੈ। ਜਬ ਪੰਜਾਬ ਮੇਂ ਹਮ ਦੂਸਰੇ ਨੂੰ ਦੇਤੇ ਬੀਜੇਪੀ ਵਾਲੋਂ ਕੋ। 117 ਸੀਟਾਂ ਪੰਜਾਬ ਮੇਂ ਵਿਧਾਨ ਸਭਾ ਕੀ 92 ਆਮ ਆਦਮੀ ਪਾਰਟੀ ਨੇ ਜਿੱਤੀ ਹੋਈ ਹੈ। ਬੀਜੇਪੀ ਕੇ ਪਾਸ ਪਤਾ ਕਿਤਨੀ ਹੈ? 2। ਬੀਜੇਪੀ ਵਾਲੇ ਵਿਧਾਇਕ ਤੋਂ ਸਕੂਟਰ ਪਰ ਬੈਠ ਕੇ ਵੀ ਆ ਸਕਤੇ ਵਿਧਾਨ ਸਭਾ। 2 ਹੈ ਭਾਈ ਸਾਹਿਬ, 2। ਔਰ ਇਸ ਬਾਰ ਲੋਕ ਸਭਾ ਮੇਂ ਹਮਾਰੀ 13 ਸੀਟੇ ਹੈ ਭਾਈ ਸਾਹਿਬ, ਉਸਮੇਂ ਵੀ 2 ਹੈ ਇਨਕੀ। ਅਬ ਇਸ ਬਾਰ ਹਮਨੇ ਨਾਰਾ ਦਿਆ ਹੋਇਆ, ਲੋਕੋ ਨੇ ਨਾਰਾ ਦਿਆ ਹੋਇਆ ਪੰਜਾਬ ਮੇਂ, ਇਸ ਬਾਰ ਪੰਜਾਬ ਬਨੇਗਾ ਹੀਰੋ, ਪੰਜਾਬ ਸੇ 13 ਜੀਰੋ। ਭਰੂਚ ਸੇ ਆਪ ਇੰਡੀਆ ਗਠਬੰਧਨ ਕੇ ਜਿਤਨੇ ਵੀ ਗੁਜਰਾਤ ਮੇਂ ਕੈਂਡੀਡੇਟ ਹੈ ਉਨਕਾ ਸਪੋਰਟ ਕਰੋ, ਕਿਉਂਕਿ ਲੋਕਤੰਤਰ ਬਚਾਨਾ ਹੈ, ਸੰਵਿਧਾਨ ਬਚਾਨਾ ਹੈ ਭਾਈ ਸਾਹਿਬ, ਵਰਨਾ ਸੰਵਿਧਾਨ ਬਦਲ ਦੇਂਗੇ ਯੇ ਬਹੁਤ ਖਤਰਨਾਕ ਲੋਕ ਹੈ ਯੇ, ਜੇ ਸੰਵਿਧਾਨ ਬਦਲ ਦੇਂਗੇ ਯੇ ਨਫ਼ਰਤ ਕੀ ਰਾਜਨੀਤੀ ਕਰਤੇ ਹੈ। ਅਰੇ 10 ਸਾਲ ਮੋਦੀ ਜੀ, 10 ਸਾਲ ਬਿਨਾ ਵਿਪਕਸ਼ ਕੇ ਲਗਭਗ ਆਪਨੇ ਰਾਜ ਕੀਆ, ਕੋਈ ਆਪਕੋ ਟੋਕਨੇ ਵਾਲਾ ਨਹੀਂ ਥਾ, ਰੋਕਨੇ ਵਾਲਾ ਨਹੀਂ ਥਾ, ਤੋ ਤਬ ਵੀ ਆਪ ਕਾਮ ਨਹੀਂ ਕਰ ਪਾਏ। 10 ਸਾਲ ਬਾਅਦ ਵੀ ਅਗਰ ਆਪਕੋ ਮੰਗਲ ਸੂਤਰ ਪਰ ਵੋਟ ਮੰਗਨੇ ਪੜ ਰਹੇ ਹੋ, ਇਹ ਸ਼ਰਮ ਕੀ ਬਾਤ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਜੀਵਾਂ ਬਣ ਕੇ ਚੱਲਦੇ ਰਹੇ ਤਲਵੀਰ ਸਿੰਘ ਗਿੱਲ ਨੇ ਪਾਰਟੀ ਛੱਡਣ ਉੱਤੇ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਉਹਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਦੁਖੀ ਹੋ ਕੇ ਉਹਨੇ ਪਾਰਟੀ ਛੱਡੀ ਹੈ। ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਪੱਤਰਕਾਰਾਂ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਅਕਾਲੀ ਦਲ ਵਿੱਚ ਵੱਧ ਚੜ੍ਹ ਕੇ ਸੇਵਾਵਾਂ ਦਿੱਤੀਆਂ ਨੇ, ਉਸੇ ਤਰ੍ਹਾਂ ਉਹ ਆਮ ਆਦਮੀ ਪਾਰਟੀ ਵਿੱਚ ਵੀ ਸੇਵਾਵਾਂ ਦੇਣਗੇ। ਪਾਰਟੀ ਛੱਡਣ ਦਾ ਕਾਰਨ ਉਹਨਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਨਾਲ ਉਹਨੇ ਸਜੀਵਾਂ ਬਣ ਕੇ ਲੰਮਾ ਸਮਾਂ ਕੰਮ ਕੀਤਾ, ਅੱਜ ਉਹੀ ਉਹਨਾਂ ਨੂੰ ਨੀਵਾਂ ਦਿਖਾਉਣ ਲਈ ਕੰਮ ਕਰ ਰਹੇ ਨੇ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਪੰਜਾਬ ਵਿੱਚ, ਪੂਰੇ ਪੰਜਾਬ ਵਿੱਚ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਅੰਮ੍ਰਿਤਸਰ ਦੇ ਮਾਝੇ ਦੇ, ਮੈਂ ਤਾਂ ਪੂਰੇ ਪੰਜਾਬ 'ਚ ਤਲਵੀਰ ਜੀ ਨੇ ਕੰਮ ਕੀਤਾ, ਪਰ ਅੰਮ੍ਰਿਤਸਰ 'ਚ ਮਾਝੇ 'ਚ ਤਾਂ ਇਹਨਾਂ ਦਾ ਸਾਰੇ ਲੋਕ ਆਪਾਂ ਜਾਣਦੇ, ਔਰ ਇਹ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਬੜੇ ਨੇੜਲੇ ਸਾਥੀ ਵੀ ਰਹੇ ਆ, ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ। ਸੋ ਇਹਨਾਂ ਨੇ ਕੱਲ੍ਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਘਰ ਜਿਹੜਾ ਕੱਲ੍ਹ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ। ਮੈਂ ਅੰਮ੍ਰਿਤਸਰ ਵੱਲੋਂ, ਪੂਰੇ ਅੰਮ੍ਰਿਤਸਰ ਦੀ ਪਾਰਟੀ ਵੱਲੋਂ, ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲੜ ਰਹੇ, ਸਾਡਾ ਜ਼ਿਲ੍ਹਾ ਸਾਡਾ ਪਾਰਟੀ ਵਾਲੇ ਸਾਥੀ ਇਲੈਕਸ਼ਨ ਲੜ ਰਹੇ, ਤਲਵੀਰ ਹੋਣਾ ਦੇ ਆਉਣ ਦੇ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ
ਉਹ ਸਮਝੋ ਕਿ ਅਸੀਂ ਜਿੱਤ ਲਈ। ਅਸੀਂ ਲੋਕ ਸਭਾ ਹਲਕਾ ਅੰਮ੍ਰਿਤਸਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ। ਔਰ ਮੈਂ ਇਹਨਾਂ ਦਾ ਪਾਰਟੀ ਚੌਂਕ 'ਤੇ ਵੈਲਕਮ ਕਰਦਾ ਜੀ ਆਇਆਂ ਕਹਿੰਦਾ। ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਵਾਂ ਦਾ ਸੁਭਾਅ ਵੀ ਦੱਸਦਾ, ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਅਸੀਂ ਕਿੱਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ, ਅਸੀਂ ਲੋਕਾਂ ਦੇ ਨਾਲ ਕਿੱਦਾਂ ਰਹਿੰਦੇ ਹਾਂ ਸਭ ਨੂੰ ਪਤਾ। ਅਸੀਂ ਆਪਣੇ ਵਰਕਰਾਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਕਿਸ ਢੰਗ ਨਾਲ ਲੱਤ ਲਾ ਕੇ ਖਲੋਂਦੇ ਹਾਂ, ਡਟ ਕੇ ਖਲੋਂਦੇ ਹਾਂ। ਔਰ ਸਾਡਾ ਦੋਵਾਂ ਦੀ ਇੱਕ ਨੇਚਰ ਜਿਹੜੀ ਰਲਦੀ ਹੈ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਹੈ ਅਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ। ਸਾਡੀ ਹੋਂਦ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਹੈ। ਸੋ ਮੈਂ ਸਮਝਦਾ ਕਿ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਹੁਤ ਬਲ ਮਿਲਿਆ ਔਰ ਅਸੀਂ ਬੈਠ ਕੇ ਇੱਕ ਅੱਧਾ ਦਿਨ ਦੇ ਵਿੱਚ ਹੀ ਸਰਦਾਰ ਤਲਵੀਰ ਸਿੰਘ ਹੋਣਾ ਦੇ ਨਾਲ ਅਸੀਂ ਪੂਰੀ ਆਪਣੀ ਚੋਣ ਰਣਨੀਤੀ ਜਿਹੜੀ ਹੈ ਉਹ ਬਣਾਵਾਂਗੇ। ਔਰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਇਕੱਲੇ ਦੱਖਣੀ ਹਲਕੇ 'ਚ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਮੈਨੂੰ ਸਭ ਪਤਾ ਵੀ ਕਿੱਥੇ ਕਿੱਥੇ ਇਹਨਾਂ ਦੇ ਸਾਥੀ ਨੇ, ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇ 'ਚ, ਸ਼ਹਿਰ ਦੇ ਪੰਜਾਂ ਹਲਕਿਆਂ 'ਚ, ਸਾਡੇ ਹਲਕਿਆਂ 'ਚ, ਅਜਨਾਲਾ, ਰਾਜਾ ਸਾਸੀ ਦੇ ਵਿੱਚ, ਅਟਾਰੀ 'ਚ ਬਹੁਤ ਕੰਮ ਕੀਤਾ ਇਹਨਾਂ ਨੇ। ਪਿਛਲੇ 20 ਸਾਲ ਇਹਨਾਂ ਨੇ ਪਾਰਟੀ 'ਚ ਬੜਾ ਕੰਮ ਕੀਤਾ। ਜਿਹੜੇ ਬੰਦੇ ਨੇ ਇੰਨਾ ਲੰਮਾ ਸਮਾਂ ਕੰਮ ਕੀਤਾ ਹੋਵੇ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਜਾਂਦੀਆਂ ਭਾਵੇਂ ਜੋ ਮਰਜ਼ੀ ਹੋਵੇ। ਸੋ ਮੈਂ ਪੂਰੀ ਪਾਰਟੀ ਵੱਲੋਂ ਉਹਨਾਂ ਨੂੰ ਜੀਆਂ ਕਿੰਨਾ ਹੁੰਦਾ। ਭਾਜਪਾ ਦੇ ਸੀਨੀਅਰ ਆਗੂ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਨੇ ਅੱਜ ਪਿੰਡ ਸਹੇੜੀ ਵਿਖੇ ਇੱਕ ਧਰਨੇ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਅਤੇ ਦੁਖੀ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਪਰਨੀਤ ਕੌਰ ਨੇ ਅੱਜ ਅਤੇ ਕੱਲ੍ਹ ਦੇ ਲਈ ਆਪਣੇ ਸਾਰੇ ਪ੍ਰਚਾਰ ਪ੍ਰੋਗਰਾਮਾਂ ਨੂੰ ਰੱਦ ਕੀਤਾ ਹੈ। ਉਹਨਾਂ ਨੇ ਦੁਖੀ ਪਰਿਵਾਰ ਨੂੰ ਸੰਦੇਸ਼ ਵੀ ਭੇਜਿਆ। ਆਪਣੇ ਸੰਦੇਸ਼ ਵਿੱਚ ਪਰਨੀਤ ਕੌਰ ਨੇ ਕਿਹਾ ਕਿ ਉਹ ਕਿਸਾਨ ਸੁਰਿੰਦਰਪਾਲ ਸਿੰਘ ਦੇ ਦੇਹਾਂਤ ਤੋਂ ਬਹੁਤ ਦੁਖੀ ਨੇ ਜਿਸ ਦੀ ਅੱਜ ਬਦਕਿਸਮਤੀ ਦੇ ਨਾਲ ਮੌਤ ਹੋਈ ਹੈ। ਉਹਨੇ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਕਿਸਾਨ ਦੇ ਨਾਲ ਖੜ੍ਹਾ ਅਤੇ ਅੱਗੇ ਤੋਂ ਵੀ ਖੜ੍ਹਾ ਰਹੇਗਾ। ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਘਾਟਾ ਸਹਿਣ ਦਾ ਬਲ ਬਖਸ਼ਣ। ਸਤਿ ਸ੍ਰੀ ਅਕਾਲ। ਬਹੁਤ ਦੁੱਖ ਭਰੀ ਖਬਰ ਆਈ ਅੱਜ ਕਿ ਸੁਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗਿਰ ਕੇ ਉਹਨਾਂ ਦਾ ਦੇਹਾਂਤ ਹੋ ਗਿਆ। ਮੈਂ ਔਰ ਮੇਰਾ ਪਰਿਵਾਰ, ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਦੇ ਲਈ, ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ, ਖੜੇ ਰਹਾਂਗੇ। ਅੱਜ ਸੁਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ੍ਹ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸੁਰਿੰਦਰਪਾਲ ਜੀ ਨੂੰ ਆਪਣੇ ਚਰਨਾਂ 'ਚ ਨਿਵਾਜੋ, ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ ਕਿਸਾਨ ਦੀ ਮੌਤ ਹੋਣ ਤੇ ਵਿਰੋਧੀ ਧਿਰਾਂ ਸਿਆਸਤ ਨਾ ਕਰਨ। ਉਹਨਾਂ ਕਿਹਾ ਕਿ ਸਾਨੂੰ ਉਸ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਕਿਸਾਨ ਦੀ ਮੌਤ ਤਬੀਅਤ ਵਿਗੜਨ ਕਾਰਨ ਹੋਈ ਹੈ, ਨਾ ਕਿ ਪੁਲਿਸ ਦੀ ਧੱਕਾਮੁੱਕੀ ਕਾਰਨ। ਉਹਨੇ ਕਿਹਾ ਕਿ ਕਿਸਾਨ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਪਰ ਹੋਰਨਾਂ ਕਿਸਾਨਾਂ ਦੀ ਸਿਹਤ ਦਾ ਵੀ ਖਿਆਲ ਰੱਖਣ। ਪਟਿਆਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ
ਪ੍ਰਨੀਤ ਕੌਰ ਦੇ ਵਿਰੋਧ 'ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ, ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ। ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ, ਸਾਡੀ ਪਾਰਟੀ ਦੀ ਅਤੇ ਹਰੇਕ ਪੰਜਾਬ ਦੇ ਬਸ਼ਿੰਦੇ ਦੀ ਬਹੁਤ ਸਹਾਨੁਭੂਤੀ ਹੈ ਅਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ। ਉੱਥੇ ਆਹ ਵੀ ਦੇਖਣ ਨੂੰ ਮਿਲਿਆ ਕਿ ਕੁਛ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਾਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਧੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ। ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ, ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਅਤੇ ਉਹਦੇ ਬਾਅਦ ਕੁਛ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ। ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਖਾਸ ਤੌਰ 'ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ, ਉਹ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ, ਬੜੇ ਸੰਜਮ ਦੇ ਨਾਲ ਕਰਨ ਅਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ, ਕਿਉਂਕਿ ਇਸ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ, ਚਾਹੇ ਸਰਕਾਰ ਦੀ ਹੈ, ਚਾਹੇ ਜਥੇਬੰਦੀਆਂ ਦੀ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਆਹ ਜਿਹੜਾ ਲੋਕਤੰਤਰਿਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ। ਆਓ ਮਿਲ ਜੁਲ ਕੇ ਇੱਕ ਸੁਖਾਵੇਂ ਮਾਹੌਲ ਦੇ ਅੰਦਰ ਕਿਸਾਨ ਜਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਅਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ, ਕਿਉਂਕਿ ਅੱਜ ਵੀ ਮੇਰਾ ਮੰਨਣਾ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਅਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਪਿੰਡ ਕੁਲਾਰਾਂ ਵਿਖੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਬੈਠਕ ਕੀਤੀ ਗਈ, ਜੋ ਥੋੜੇ ਸਮੇਂ ਵਿੱਚ ਹੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਉਹਨਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਸੀ, ਜਿਸ ਨੂੰ ਠੀਕ ਕਰਨ ਲਈ ਵਕਤ ਲੱਗੇਗਾ। ਉਹਨਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਕਿਹਾ ਕਿ 2 ਸਾਲ ਦੇ ਅਰਸੇ ਦੌਰਾਨ ਜੋ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਕੀਤੇ ਨੇ, ਉਹਨਾਂ ਨੂੰ ਵੇਖਦਿਆਂ ਜਨਤਾ ਉਹਨਾਂ ਦੇ ਹੱਕ ਵਿੱਚ ਫਤਵਾ ਦੇਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਜੋਸ਼ ਹੈ ਜੀ, ਲੋਕ ਤਿਆਰ ਹੈ ਝਾੜੂ ਚਲਾਉਣ ਦੀ। ਇੱਕ ਤਰੀਕ ਨੂੰ ਤੁਸੀਂ ਦੇਖੋ, ਲੋਕ ਇਹ ਕਹਿੰਦੇ ਮਸ਼ੀਨ ਦੀਆਂ ਚੀਕਾਂ ਕਢਾ ਦੇਣੀਆਂ ਅਸੀਂ, ਤੇ ਜਿਹੜੇ ਸਾਡੇ ਤੇ ਜ਼ੁਲਮ ਕਰਦੇ ਉਹਨਾਂ ਦੀ ਚੀਕਾਂ ਤੁਸੀਂ ਕਢਾ ਦਿਓ, ਉਹ ਮੈਂ ਕਢਾ ਦਿੰਦਾ, ਅਸੀਂ ਕਢਾਵਾਂ। ਉਹਨਾਂ ਦੇ ਪ੍ਰਧਾਨ ਜਵਾਨ ਕੀਤੇ ਸੁਖਵਿੰਦਰ ਕੌਰ ਜੀ, ਉਹਨਾਂ ਦੇ ਜਿਹੜੇ ਪ੍ਰੈਜੀਡੈਂਟ ਸੀਗੇ, ਉਹਨਾਂ ਦੇ ਪ੍ਰੈਜੀਡੈਂਟ ਸੀਗੇ ਜ਼ਿਲ੍ਹੇ ਦੇ, ਉਹ ਛੱਡ ਕੇ ਸਾਡੇ ਜਵਾਇਨ ਕਰਕੇ ਉਹਨਾਂ ਦੇ ਨਾਲ ਤਕਰੀਬਨ 25-30 ਔਰਤਾਂ ਨੇ ਜਵਾਇਨ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ, ਹਲਕਾ ਡੇਰ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਰਵੀ ਕਰਨ ਸਿੰਘ ਕਾਲੋਂ ਸਮੇਤ ਇਤਿਹਾਸਕ ਮੰਦਿਰ ਸ੍ਰੀ ਬਾਵਾ ਲਾਲ ਧਿਆਨਪੁਰ ਵਿਖੇ ਨਤਮਸਤਕ ਹੋਏ ਅਤੇ ਗੱਦੀ ਨਸ਼ੀਨ ਛੋਟੇ ਮਹਾਰਾਜ ਗੋਪਾਲ ਦਾਸ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਉਹਨਾਂ ਆਪਣੇ ਸਾਥੀਆਂ ਸਮੇਤ ਇਤਿਹਾਸਕ ਮੰਦਿਰ ਸ੍ਰੀ ਬਾਵਾ ਲਾਲ ਦਿਆਲ ਜੀ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੋਮ ਪ੍ਰਕਾਸ਼, ਡਾਕਟਰ ਦਿਲਬਾਗ ਰਾਏ, ਤੀਕਸ਼ਣ ਸੂਦ, ਅਵਿਨਾਸ਼ ਰਾਏ ਖੰਨਾ, ਸੁੰਦਰ ਸ਼ਾਮ ਅਰੋੜਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਜੇਪੀ ਇਸ ਵਾਰ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ ਅਤੇ ਪਿੰਡਾਂ ਵਿੱਚ ਉਹਨਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਸੁਰੱਖਿਆ ਕਰਮੀਆਂ ਵੱਲੋਂ
ਚੈਕਿੰਗ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਮ ਸਤਿਕਾਰ ਅਤੇ ਮਰਿਆਦਾ ਸਿੱਖਾਂ ਲਈ ਵੱਡੀ ਮਹੱਤਤਾ ਰੱਖਦੀ ਹੈ, ਪਰ ਇਸ ਦੇ ਉਲਟ ਹਰਿਆਣਾ ਅੰਦਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਾ ਵੱਡਾ ਉਲੰਘਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਾਹਮਣੇ ਆਈ ਵੀਡੀਓ ਤੋਂ ਸਪਸ਼ਟ ਹੁੰਦਾ ਹੈ ਕਿ ਕਿਵੇਂ ਹਰਿਆਣਾ ਪੁਲਿਸ ਦੇ ਕਰਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਸਥਾਨ ਦੀ ਚੈਕਿੰਗ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਵੱਡੀਆਂ ਸ਼ਖਸੀਅਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਨਤਮਸਤਕ ਹੁੰਦੀਆਂ ਨੇ, ਪਰੰਤੂ ਹਰਿਆਣਾ ਦੀ ਭਾਜਪਾ ਸਰਕਾਰ ਦੀ ਇਹ ਕਾਰਵਾਈ ਗੁਰੂ ਘਰ ਦੀਆਂ ਸਿੱਖ ਪਰੰਪਰਾਵਾਂ ਦੇ ਉਲਟ ਅਤੇ ਸੱਤਾ ਦੇ ਨਸ਼ੇ ਤੋਂ ਪ੍ਰਭਾਵਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇੱਕ ਦੋ ਦਿਨ ਪਹਿਲਾਂ ਹਰਿਆਣਾ ਦੇ ਅੰਬਾਲਾ ਦੇ ਨੇੜੇ ਨਰਾਇਣਗੜ੍ਹ ਵਿਖੇ ਜਿੱਥੇ ਹਰਿਆਣਾ ਦੇ ਨਵੇਂ ਜਿਹੜੇ ਮੁੱਖ ਮੰਤਰੀ ਆ ਨਾਇਬ ਸਿੰਘ ਸੈਣੀ ਉਹ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚਦੇ ਆ ਅਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਸਿਕਿਉਰਿਟੀ ਜਿਹੜੀ ਆ ਬਗੈਰ ਕਿਸੇ ਭੈ ਦੇ ਅਤੇ ਬਗੈਰ ਕਿਸੇ ਮਰਿਆਦਾ ਦਾ ਖਿਆਲ ਰੱਖਿਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਜਿਸ ਤਰ੍ਹਾਂ ਉਹ ਛਾਣਬੀਣ ਕਰਦੇ ਆ ਉੱਥੋਂ ਸਰੂਪਾ ਸਾਹਿਬ ਨੂੰ ਪਾਸੇ ਕਰਦੇ ਆ ਥੱਲੇ ਉੱਪਰ ਸਾਰੇ ਚਦਵਾ ਸਾਹਿਬ ਦੇ ਵਿੱਚ ਉਹ ਮੈਲ ਡਿਟੈਕਟਰ ਰਾਹੀਂ ਜੋ ਕੁਛ ਕਰਦੇ ਨੇ ਉਹ ਸੰਗਤ ਦੇ ਵਿੱਚ ਉਸ ਗੱਲ ਦਾ ਬਹੁਤ ਭਾਰੀ ਰੋਸ ਆ। ਸੋ ਉਸ ਗੱਲ ਦਾ ਨੋਟਿਸ ਜਿਹੜਾ ਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਕਿਉਂਕਿ ਜਿਹੜੀ ਸੰਗਤ ਸੀ ਉੱਥੇ ਉਹ ਬਹੁਤ ਜ਼ਿਆਦਾ ਇਸ ਗੱਲ ਦੇ ਲਈ ਖਫਾ ਹੈ ਅਤੇ ਖਾਸ ਤੌਰ 'ਤੇ ਸਾਨੂੰ ਇੱਦਾਂ ਲੱਗਦਾ ਕਿ ਜਿਹੜੀ ਹਰਿਆਣਾ ਕਮੇਟੀ ਹੈ ਇਹ ਕਮੇਟੀ ਜਿਹੜੀ ਆ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਭਾਵਨਾਵਾਂ ਸਿੱਖਾਂ ਦੇ ਮਸਲੇ ਆ ਸਿੱਖਾਂ ਦੀਆਂ ਮਰਿਆਦਾਵਾਂ ਨੂੰ ਜਿਵੇਂ ਕਹਿੰਦੇ ਆ ਦੇਖਣ ਦੇ ਵਿੱਚ ਜਾਂ ਉਹਨੂੰ ਬਹਾਲ ਕਰਨ ਦੇ ਵਿੱਚ ਜਾਂ ਉਹਦੇ ਲਈ ਨੋਟਿਸ ਲੈਣ ਦੇ ਵਿੱਚ ਨਹੀਂ ਬਣੇਗੀ। ਇਹ ਸਿਰਫ ਅਤੇ ਸਿਰਫ ਖੱਟਰ ਸਾਹਿਬ ਦੀ ਜੇਬ 'ਚੋਂ ਨਿਕਲੀ ਇੱਕ ਉਹਨਾਂ ਦਾ ਧੜਾ ਜਿਹੜੇ ਧੜੇ ਨੇ ਬਹੁਤ ਸਿੱਖ ਸੰਸਥਾ ਦਾ ਨਾਮ ਜਿਹੜਾ ਸਹੀ ਸ਼ਬਦਾਂ 'ਚ ਕਿਹਾ ਜਾਵੇ ਬਦਨਾਮ ਕੀਤਾ। ਹੁਣ ਕਿੰਨੇ ਦਿਨ ਹੋ ਗਏ ਨੇ ਅਤੇ ਇਹ ਗੱਲ ਜਿਹੜੀ ਚਰਚਾ ਵਿੱਚ ਆ ਅਤੇ ਉਸ ਗੱਲ ਲਈ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਭੁਪਿੰਦਰ ਸਿੰਘ ਸੰਧ ਅਤੇ ਬਹੁਤ ਸਤਿਕਾਰਯੋਗ ਜਿਹੜੇ ਦਾਦੂਵਾਲ ਸਾਹਿਬ ਜਿਹੜੇ ਉੱਥੋਂ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਣਾਏ ਗਏ ਆ ਉਹਨਾਂ ਨੇ ਹਾਲ ਤੱਕ ਇੱਕ ਵੀ ਨੋਟਿਸ ਨਹੀਂ ਲਿਆ। ਸੋ ਬਹੁਤ ਮਾੜੀ ਗੱਲ ਆ, ਇਸ ਤਰ੍ਹਾਂ ਅੱਜ ਤੱਕ ਨਹੀਂ ਵਾਪਰਿਆ ਅਤੇ ਜੋ ਕੁਛ ਇਹ ਜਿਹੜੀ ਹਰਿਆਣਾ ਦੀ ਸਰਕਾਰ ਦੇ ਵਿੱਚ ਜਿਹੜੇ ਬੇਖੌਫ ਹੋ ਕੇ ਜਿਹੜਾ ਇਹ ਸਾਰਾ ਕੁਛ ਕੀਤਾ ਜਾ ਰਿਹਾ ਇਹ ਬਹੁਤ ਮਾੜਾ ਅਤੇ ਮੰਦਭਾਗਾ, ਸਿੱਖਾਂ ਵਾਸਤੇ ਬੜੀ ਫਿਕਰਮੰਦੀ ਆ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਅਤੇ ਅਸੀਂ ਤਾਂ ਇਹ ਵੀ ਚਾਹਵਾਂਗੇ ਕਿ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਆ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਆ ਜਾਵੇ, ਉਹਨਾਂ ਤੋਂ ਇਸ ਗੱਲ ਦਾ ਜਵਾਬ ਲਿਆ ਜਾਵੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਜਿਹੜਾ ਮਾਹੌਲ ਉੱਥੇ ਹੋਣਾ ਚਾਹੀਦਾ ਉਸ ਗੱਲ ਦੇ ਬਾਰੇ ਦੇ ਵਿੱਚ ਉਹ ਕੀ ਕਹਿੰਦੇ ਆ ਅਤੇ ਇਹ ਜਿਹੜੀ ਪੁਲਿਸ ਦੀ ਕਾਰਵਾਈ ਆ ਇਸ ਗੱਲ ਦੀ ਡਟ ਕੇ ਨਿੰਦਾ ਕਰਦੇ ਹਾਂ ਅਤੇ ਇਸ ਗੱਲ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਜਾ ਰਹੇ ਹਾਂ ਅਤੇ ਖਾਸ ਤੌਰ 'ਤੇ ਜਿਹੜੀ ਹਰਿਆਣਾ ਕਮੇਟੀ ਅਸੀਂ ਦੇਖ ਰਹੇ ਹਾਂ ਕਿ ਇਸ ਬਾਰੇ ਕੀ ਨੋਟਿਸ ਲੈਂਦੀ ਆ ਜਿਹੜੀ ਕਿ ਬਹੁਤ ਮਾੜੀ ਇਹ ਘਟਨਾ ਵਾਪਰੀ ਆ ਸਿੱਖ ਹਿਰਦੇ ਵਲੁੰਦਰੇ ਗਏ ਆ। ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਅੱਗ ਨੇ ਤਾਂਡਵ ਮਚਾ ਦਿੱਤਾ। ਦੁਪਹਿਰ ਸਮੇਂ ਲੱਗੀ ਅੱਗ ਕਾਰਨ 2 ਦਰਜਨ ਕਿਸਾਨਾਂ ਦਾ ਤਕਰੀਬਨ 300 ਤੋਂ 400 ਏਕੜ ਨਾੜ, ਇੱਕ ਕਿਸਾਨ ਦੀ ਤਕਰੀਬਨ 400 ਤੋਂ 500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ। ਉੱਥੇ ਹੀ ਖੇਤਾਂ ਨੇੜੇ ਝਾੜੇ ਵਿੱਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਜਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਘਟਨਾ ਸੰਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਦੇ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਹਨਾਂ ਦੇ ਪਿੰਡ ਵੱਲ ਨੂੰ ਵੱਧਦੀ ਗਈ ਅਤੇ ਅੱਗ ਨੇ ਕੁਝ ਹੀ ਮਿੰਟਾਂ ਵਿੱਚ 20 ਤੋਂ 25 ਕਿਸਾਨਾਂ ਦੇ ਖੇਤਾਂ ਦੇ 300 ਤੋਂ 400 ਏਕੜ ਨਾੜ ਨੂੰ ਸੜ ਕੇ ਰੱਖ ਕਰ ਦਿੱਤਾ। ਇਸ ਦੌਰਾਨ ਭਿਆਨਕ ਅੱਗ ਕਾਰਨ 3 ਤੋਂ 4 ਪਾਥੀਆਂ ਵਾਲੇ ਗੁਹਾਰੇ
ਅਤੇ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਮਹਿੰਦਰ ਸਿੰਘ ਵੱਲੋਂ ਬਣਾਏ ਪਸ਼ੂਆਂ ਦੇ ਬਾੜੇ ਵਿੱਚ ਖੜੀਆਂ ਉਸਦੀਆਂ 40 ਤੋਂ 45 ਦੇ ਕਰੀਬ ਭੇਡਾਂ ਬੱਕਰੀਆਂ ਜਿੰਦਾ ਸੜ ਗਈਆਂ। ਇਸ ਦੌਰਾਨ ਫੈਲਦੀ ਅੱਗ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿਚਕਾਰ ਬਣਾਏ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ, ਜਿਸ ਕਾਰਨ ਕਿਸਾਨ ਦੇ 400 ਤੋਂ 500 ਟਰਾਲੀ ਦੇ ਕਰੀਬ ਤੂੜੀ ਸੜ ਗਈ। ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਟਰੈਕਟਰਾਂ ਜਾਂ ਮੌਕੇ 'ਤੇ ਹੋਰ ਸਾਧਨਾਂ ਰਾਹੀਂ ਅੱਗ ਉੱਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਮਲੇ ਨੇ ਬੜੀ ਮੁਸ਼ਕਲ ਨਾਲ ਇਸ ਅੱਗ ਉੱਤੇ ਕਾਬੂ ਪਾਇਆ, ਪਰ ਤਦ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਨੈਸ਼ਨਲ ਇੰਟੀਗ੍ਰੇਟਡ ਫੋਰਮ ਆਫ ਆਰਟਿਸਟਸ ਨਿਫਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ ਵਿੱਚ ਸ਼ੁਰੂ ਹੋਈ, ਜਿਸ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਕਾਰਜਕਾਰਨੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪੇਸ਼ ਇਸ ਬਾਬਤ ਸਾਡੀ ਇੱਕ ਰਿਪੋਰਟ। 23 ਸਾਲ ਪਹਿਲਾਂ ਕਰਨਾਲ ਤੋਂ ਸ਼ੁਰੂ ਹੋਈ ਰਾਸ਼ਟਰੀ ਯੁਵਾ ਪੁਰਸਕਾਰ ਨਾਲ ਸਨਮਾਨਿਤ ਅਤੇ 6 ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾ ਚੁੱਕੀ ਰਾਸ਼ਟਰੀ ਸੰਸਥਾ ਨੈਸ਼ਨਲ ਇੰਟੀਗ੍ਰੇਟਡ ਫੋਰਮ ਆਫ ਆਰਟਿਸਟਸ ਨਿਫਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ ਵਿੱਚ ਸ਼ੁਰੂ ਹੋਈ। ਇੰਡੀਆ ਨਿਊਜ਼ਪੇਪਰ ਸੁਸਾਇਟੀ ਦੇ ਕਾਨਫਰੰਸ ਰੂਮ ਵਿੱਚ ਆਯੋਜਿਤ ਇਸ ਮੀਟਿੰਗ ਦੇ ਉਦਘਾਟਨੀ ਸੈਸ਼ਨ ਵਿੱਚ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਭਾਰਤ ਸਰਕਾਰ ਵਿੱਚ ਵੱਖ ਵੱਖ ਉੱਚ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਚੁੱਕੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਯੋਗਿੰਦਰ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨ ਨੂੰ ਸੇਧ ਦਿੱਤੀ। ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਰਦਾਰ ਜਗਜੀਤ ਸਿੰਘ ਦਰਦੀ ਨੇ ਸੇਵਾ ਨੂੰ ਸਭ ਤੋਂ ਪਵਿੱਤਰ ਅਤੇ ਨੇਕ ਕਾਰਜ ਦੱਸਦਿਆਂ ਨਿਫਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਯੋਗਿੰਦਰ ਚੌਧਰੀ ਨੇ ਕਿਹਾ ਕਿ ਨਿਫਾ ਇੱਕ ਕਮਿਊਨਿਟੀ ਬੇਸ ਸੰਸਥਾ ਵਜੋਂ ਕੰਮ ਕਰ ਰਹੀ ਹੈ, ਉਹਨਾਂ ਸੰਸਥਾ ਨੂੰ ਹੋਰ ਅੱਗੇ ਵਧਾਉਣ ਲਈ ਕਈ ਅਹਿਮ ਸੁਝਾਅ ਦਿੱਤੇ। ਮੀਟਿੰਗ ਵਿੱਚ ਨਿਫਾ ਦੇ ਸੰਸਥਾਪਕ ਪ੍ਰਧਾਨ ਪ੍ਰਿਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਸਾਲ 2000 ਵਿੱਚ ਕਰਨਾਲ ਵਰਗੇ ਛੋਟੇ ਸ਼ਹਿਰ ਤੋਂ ਸ਼ੁਰੂ ਹੋਈ ਸੰਸਥਾ ਨਿਫਾ ਨੇ ਆਪਣੇ ਕਾਰਜਕਾਲ ਦੌਰਾਨ ਪਿਛਲੇ 23 ਸਾਲਾਂ ਵਿੱਚ ਕਈ ਬੁਲੰਦੀਆਂ ਨੂੰ ਛੂਹਿਆ, ਜਿੱਥੇ ਭਾਰਤ ਸਰਕਾਰ ਵੱਲੋਂ ਸ਼ਾਨਦਾਰ ਕੰਮ ਲਈ ਨਿਫਾ ਨੂੰ ਰਾਸ਼ਟਰੀ ਯੁਵਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ ਵੱਖ ਵੱਖ ਸਮਾਜਿਕ ਜਾਗਰੂਕਤਾ ਗਤੀਵਿਧੀਆਂ ਨੂੰ 6 ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਕੋਵਿਡ ਦੇ ਸਮੇਂ ਦੌਰਾਨ ਨਿਫਾ ਨੇ ਇੱਕ ਦਿਨ ਵਿੱਚ 1500 ਖੂਨਦਾਨ ਕੈਂਪ ਲਗਾਏ ਅਤੇ ਲਗਭਗ 1,00,000 ਯੂਨਿਟ ਖੂਨ ਇਕੱਤਰ ਕੀਤਾ, ਜਿਸ ਨੂੰ ਵਰਲਡ ਬੁੱਕ ਆਫ ਰਿਕਾਰਡ ਲੰਡਨ ਵਿੱਚ ਜਗ੍ਹਾ ਮਿਲੀ। ਪੰਨੂ ਨੇ ਕਿਹਾ ਕਿ ਨਿਫਾ ਦੀ ਸਥਾਪਨਾ ਦਾ ਸਿਲਵਰ ਜੁਬਲੀ ਸਾਲ 21 ਸਤੰਬਰ 2024 ਤੋਂ ਸ਼ੁਰੂ ਹੋਵੇਗਾ। ਸਿਲਵਰ ਜੁਬਲੀ ਵਰੇ ਵਿੱਚ ਸੰਸਥਾ ਨੇ 2500 ਖੂਨਦਾਨ ਕੈਂਪ ਲਗਾਉਣ, 2,50,000 ਯੂਨਿਟ ਖੂਨ ਇਕੱਠਾ ਕਰਨ, 2,50,000 ਬੂਟੇ ਲਗਾਉਣ ਅਤੇ ਦੇਸ਼ ਭਰ ਵਿੱਚ ਏਕਤਾ ਅਤੇ ਅਖੰਡਤਾ ਲਈ ਯਾਤਰਾਵਾਂ ਕੱਢਣ ਦਾ ਟੀਚਾ ਮਿੱਥਿਆ। ਇਸ ਦੀ ਰੂਪਰੇਖਾ ਤਿਆਰ ਕਰਨ ਲਈ ਰਾਸ਼ਟਰੀ ਕਾਰਜਕਾਰਨੀ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ। ਨਿਫਾ ਦੇ ਕਨਵੀਨਰ ਐਡਵੋਕੇਟ ਨਰੇਸ਼ ਬਰਾਨਾ ਅਤੇ ਰਾਸ਼ਟਰੀ ਪ੍ਰਧਾਨ ਅਨੀਮੇਸ਼ ਦੇਵਰਾਏ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਦਿੱਲੀ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਤੋਂ ਨੌਜਵਾਨ ਸਮਾਜ ਸੇਵੀ ਅਤੇ ਨਿਫਾ ਮੈਂਬਰ ਹਿੱਸਾ ਲੈਣਗੇ। ਅੱਜ ਦੀ ਮੀਟਿੰਗ ਵਿੱਚ ਕੌਮੀ ਮੁੱਖ ਸਕੱਤਰ ਡਾਕਟਰ ਅਸ਼ਵਨੀ ਸ਼ੈਟੀ ਨੇ ਪਿਛਲੀ ਕਾਰਜਕਾਰਨੀ ਵੱਲੋਂ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਦਕਿ ਵੱਖ ਵੱਖ ਸੂਬਿਆਂ ਤੋਂ ਆਏ ਸੂਬਾ ਪ੍ਰਧਾਨਾਂ ਅਤੇ ਸਕੱਤਰਾਂ ਨੇ ਕੌਮੀ ਕਾਰਜਕਾਰਨੀ ਵਿੱਚ ਆਪੋ ਆਪਣੇ ਸੂਬਿਆਂ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਪੇਸ਼ ਕੀਤਾ। ਮੀਟਿੰਗ ਵਿੱਚ ਵੱਖ ਵੱਖ ਸੂਬਿਆਂ ਦੇ ਨਿਫਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਿੱਸਾ ਲੈ ਰਹੇ ਨੇ। ਸਾਰੇ ਮੈਂਬਰਸ ਨੂੰ ਸਿਲਵਰ ਜੁਬਲੀ ਦੇ ਸ਼ੁਰੂ ਹੋਣ ਦੀ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਇਸ ਦੇ ਫਾਊਂਡਰ ਸਾਹਿਬ ਗੁਰਪਾਲ ਸਿੰਘ ਜੀ ਪੰਨੂ ਪਿਛਲੇ ਤਕਰੀਬਨ 3 ਵਰਸ ਸੇ ਹਮ ਇਕੱਠੇ ਕੰਮ ਕਰ ਰਹੇ ਹਾਂ ਔਰ ਜਬ ਮੇਰਾ ਇਨ ਸੇ ਮੁਲਾਕਾਤ ਹੋਈ ਫਰੋਮ ਦੀ ਵੈਰੀ ਫਸਟ ਡੇ ਆਈ ਵਾਸ ਇੰਪ੍ਰੈਸਡ ਫਰੋਮ ਹਿਸ ਪਰਸਨੈਲਿਟੀ is a views ideology and social service programs
वैसे 60 साल से ज़्यादा मुझे मीडिया में काम करते हुए हो गए, लेकिन ये जो करामाती और चमत्कार निफा ने किया है, ये किसी ऑर्गेनाइजेशन में फर्स्ट टाइम देख रहा हूँ। इतनी डेडिकेशन और इतनी बड़ी ऑर्गेनाइजेशन के हिंदुस्तान के ऑलमोस्ट सारी स्टेट्स में इसके यूनिट हों, और जो मार्वलस काम पिछले 24 वर्षों में निफा ने किए हैं वो प्राउड करती हैं, और अपने मीडिया से मैं दुनिया के लोगों को जब आपकी एक्टिविटीज दिखाता हूँ, सुनाता हूँ, देखता हूँ, तो मुझे बहुत हैरानी भरी खुशी होती है कि आज इस मेटीरियलिस्टिक वर्ल्ड में आप जैसे सेल्फलेस सोशल वर्कर भी हैं जो समाज के लिए, वुमेन एम्पावरमेंट के लिए और समाज को जो निकट फ्यूचर में प्रॉब्लम्स आने वाली हैं उसके समाधान के लिए और ज़रूरतमंद लोगों को खून देने से लेकर पर्यावरण पैदा करने के लिए काम करने के लिए आप यूथ को खास करके एनकरेज कर रहे हैं, ये बहुत बड़ी बात है। मैं भी बचपन से सोशल वर्क करता रहा हूँ, लेकिन जैसे निफा ने किया है वो हमारी सोच में ज़रूर आता था कि ऐसे काम करें, लेकिन प्रैक्टिकली आज जो आपने काम करके दिखाया है उसी लिए मैं आज सारा प्रोग्राम छोड़ के आप में शामिल होने की खुशी महसूस कर रहा हूँ। ये सचमुच ही आपने जो इस देश का फ्यूचर है, इस देश के लोगों की जो प्रॉब्लम्स हैं उसके समाधान के लिए प्रैक्टिकली इतने बड़े बड़े प्रोग्राम बिना किसी फाइनेंशियल सपोर्ट के अपनी जेब में से पैसा लगा के किए हैं, ये बहुत बड़ी बात है। और एक आम इंसान ये काम नहीं कर सकता, एक गिफ्टेड इंसान ही कर सकता है जिसके ऊपर प्रभु परमात्मा की कृपा हो। गुरबाणी में भी लिखा है बिच दुनिया सेव कब आई है ता अंदर क्या बैसन पाई है, सेवा कर धोए ने कामी ताको होत प्राप्त स्वामी। सेवा करके सेल्फलेस से जो इंसान को अचीवमेंट होती है, प्राप्ति होती है, वो उससे प्रभु मिलाप का रास्ता भी खुल जाता है और इंसान खुशकिस्मत हो जाता है। जिसके ऊपर कृपा हो प्रभु की, वो बात किस्मत इंसान भी खुशकिस्मत बन के अपना जीवन सफल कर लेता है। तो इसलिए मैं इस सिल्वर जूबली ईयर में आप जितने भी प्रोग्राम बनाओगे, जैसे पन्नू जी ने कहा है कि हिंदुस्तान के हर जिले में निफा की ब्रांच होगी, उसके लिए क्योंकि चलती कला टैंक टीवी हर स्टेट में हर घर में अवेलेबल है। हिंदुस्तान में जो दूरदर्शन की
ਪ੍ਰਸਾਰ ਭਾਰਤੀ ਕੀ ਫ੍ਰੀ ਡਿਸ਼ ਹੈ ਉਸਕੇ ਉੱਪਰ ਇੱਕ ਹੀ ਹਮਾਰਾ ਪੰਜਾਬੀ ਕਾ ਚੈਨਲ ਚਲਤਾ ਹੈ, ਓਨਲੀ ਵਨ ਚੈਨਲ ਫਾਰ ਦੀ ਲਾਸਟ 17 ਇਅਰਸ। ਔਰ ਜੋ ਯੂਨੀਵਰਸਲ ਵੈਲਫੇਅਰ ਕੇ ਲੀਏ ਗੁਰਦੁਆਰਾ ਬੰਗਲਾ ਸਾਹਿਬ ਸੇ ਅਰਲੀ ਮਾਰਨਿੰਗ 2 ਵਜੇ ਸੇ ਸੁਬਹਾ 8:30 ਵਜੇ ਤੱਕ 6.5 hours ਇਨ ਦਾ ਮੋਰਨਿੰਗ ਐਂਡ 1 hour ਫਰੋਮ ਦੀ ਬਰਥ ਪਲੇਸ ਆਫ ਗੁਰੂ ਗੋਬਿੰਦ ਸਿੰਘ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਸੇ ਐਂਡ ਇਨ ਸਮਰ ਸੀਜ਼ਨ 1.5 hour 12 to 1:30 ਫਰੋਮ ਹੇਮਕੁੰਟ ਸਾਹਿਬ ਇਨ ਹਿਮਾਲਿਆਸ ਫਰੋਮ ਦੀ 15,000 feet ਹਾਈਟ। ਤੋ ਇਸ ਲਈ ਜੋ ਯੂਨੀਵਰਸਲ ਕਾ ਕੰਮ ਪ੍ਰਭੂ ਪਰਮਾਤਮਾ ਨੇ ਹਮਾਰੇ ਕੋ ਦੀਆ ਔਰ ਗੁਰੂ ਨਾਨਕ ਦੇਵ ਜੀ ਕਾ ਜੋ ਮੈਸੇਜ ਹੈ ਕਿਰਤ ਕਰੋ ਨਾਮ ਜਪੋ ਵੰਡ ਸਕੋ ਉਸ ਪੇ ਆਪ ਕੰਮ ਕਰ ਰਹੇ ਹੈ। ਇਹ ਮੈਨੇ ਆਪਕੀ ਸਾਰੀ ਜਿਤਨੀ ਕਾਰਵਾਈ ਸੁਣੀ ਹੈ ਉਸੇ ਮੁਝੇ ਸਮਝ ਆ ਗਈ ਕਿ ਸੱਚਮੁੱਚ ਹੀ ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਮਿਸ਼ਨ ਪੇ ਆਪ ਹੋ ਕਰ ਕਾਮ ਸਭ ਚੀਤ ਨਿਰਨ ਨਾਲ ਕਿਰਤ ਕਰੋ ਦਸ ਪ੍ਰਫੋਨ ਕੀ ਜੋ ਕਿਰਤ ਹੈ ਰਬ ਕੀ ਕਿਰਤ ਹੈ ਉਹ ਆਪ ਕਰਕੇ ਦਸ ਡੱਕ ਕਰ ਜੋ ਕਾਰ ਕਮਾਵੈ ਤਾਂ ਤੇ ਜੋ ਦਨ ਘਰ ਮੇ ਆਵੈ ਇਸ ਤੇ ਗੁਰੂ ਦਸੋਂ ਜੋ ਦੇਈ ਸਿੰਘ ਸੁਜਸ ਹੋ ਜਾਵੈ ਲਈ। ਇਹ ਜੋ ਆਪ ਧਰਮ ਕੀ ਕਿਰਤ ਕਰਕੇ ਪੈਸਾ ਕਮਾਤੇ ਹੈ ਉਸਮੇ ਫਿਰ ਜੋ ਕਮਾਈ ਪੈਸੇ ਪੈਸਾ ਆਪ ਗਰੀਬੋਂ ਕੋ ਵੰਡਤੇ ਹੈ ਜਾਂ ਗਰੀਬੋਂ ਕੀ ਭਲਾਈ ਕੇ ਲੀਏ ਕਾਮ ਕਰਤੇ ਹੈ ਔਰ ਫਿਰ ਪ੍ਰਭੂ ਕਾ ਨਾਮ ਵੀ ਜਪਤੇ ਹੈ ਮੈਡੀਟੇਸ਼ਨ ਕਰਤੇ ਹੈ ਪ੍ਰਭੂ ਪਰਮਾਤਮਾ ਕੋ ਯਾਦ ਕਰਤੇ ਹੈ ਔਰ ਆਪਣੀ ਕਮਾਈ ਕੋ ਜੋ ਆਪਕੀ ਇਨਕਮ ਹੈ ਉਸਕੋ ਡਿਸਟ੍ਰੀਬਿਊਟ ਕਰਕੇ ਲੋੜਵੰਦ ਲੋਕੋ ਮੈਂ ਜ਼ਰੂਰਤਮੰਦ ਲੋਕੋ ਮੈਂ ਫਿਰ ਆਪ ਆਪਣਾ ਖਾਣਾ ਖਾਤੇ ਹੈ। ਤੋ ਇਹ ਹੀ ਆਜ ਸੰਸਾਰ ਕੇ ਲੋਕੋਂ ਕੋ ਇਸਕੀ ਜ਼ਰੂਰਤ ਹੈ ਹਿੰਦੁਸਤਾਨ ਕੇ ਲੋਕੋਂ ਕੋ ਨਹੀਂ ਸਾਰੀ ਦੁਨੀਆਂ ਕੇ ਲੋਕੋਂ ਕੋ ਇਸਕੀ ਜ਼ਰੂਰਤ ਹੈ। ਆਪ ਗੁਰੂ ਨਾਨਕ ਦੇਵ ਜੀ ਕੇ ਇਸ ਮੈਸੇਜ ਕੋ ਫੈਲਾ ਰਹੇ ਹੈ ਵੰਡ ਰਹੇ ਹੈ ਸੱਚਮੁੱਚ ਹੀ ਇਹ ਜ਼ਿੰਦਗੀ ਮੇਂ ਸਭਸੇ ਬੜੀਆ ਕਾਮ ਹੈ ਜੋ ਆਪ ਕੰਮ ਕਰ ਰਹੇ ਹੈ। ਤੋ ਮੁਝੇ ਵਿਸ਼ਵਾਸ ਹੈ ਕਿ ਆਪਕੋ ਇਸ ਕੰਮ ਮੇਂ ਸਫਲਤਾ ਮਿਲੇਗੀ ਔਰ ਸਿਲਵਰ ਜੁਬਲੀ ਈਅਰ ਮੇਂ ਆਪ ਹਿੰਦੁਸਤਾਨ ਕੇ ਹਰ ਜ਼ਿਲ੍ਹੇ ਮੇਂ ਡਿਫਾ ਕੀ ਸ਼ਾਖਾ ਬਣਾ ਕੇ ਜੋ ਸੇਵਾ ਕਾ ਕੰਮ ਕਰੇਗੇ ਇਸਸੇ ਬੜਾ ਪੁੰਨਿਆ ਕਾ ਕੋਈ ਕੰਮ ਹੋ ਨਹੀਂ ਸਕਤਾ ਔਰ ਇਸਮੇਂ ਹਮ ਵੀ ਥੋੜ੍ਹਾ ਬਹੁਤਾ ਕੰਟਰੀਬਿਊਟ ਕਰਨਾ ਚਾਹਤੇ ਹੈ ਕਿ ਆਪ ਵੀ ਮਿਸ਼ਨ ਕਾ ਘਰ ਘਰ ਮੈਂ ਹਮਾਰਾ ਮੀਡੀਆ ਹਾਊਸ ਆਪਕੇ ਸਾਥ ਕਦਮ ਮਿਲਾ ਕੇ ਕੰਮ ਕਰੇਗਾ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ। ਜ਼ੀਰਾ ਦੇ ਪਿੰਡ ਬੰਡਾਲਾ ਵਿੱਚ ਇੱਕ ਨੌਜਵਾਨ ਵੱਲੋਂ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸੰਗਤ ਨੇ ਮੁਲਜ਼ਮ ਨੂੰ ਮੌਕੇ ਤੋਂ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ, ਜਿਸ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਖਸ਼ਿਸ਼ ਵਜੋਂ ਹੋਈ ਹੈ। ਉੱਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਵਾਰਦਾਤ CCTV ਵਿੱਚ ਕੈਦ ਹੋਈ ਦੱਸੀ ਜਾ ਰਹੀ ਹੈ। ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਨੌਜਵਾਨ ਵੱਲੋਂ ਅੱਜ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸਚਿਨ ਪੁੱਤਰ ਰਾਮ ਸਿੰਘ ਵਾਸੀ ਦਸੂਹਾ ਜੋ ਕਿ 363A ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ, ਅੱਜ ਉਸਨੇ ਆਪਣੀ ਬੈਰਕ ਨੰਬਰ 2 ਦੇ ਬਾਥਰੂਮ ਵਿੱਚ
ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਹਨਾਂ ਕਿਹਾ ਕਿ ਉਸਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ ਅਤੇ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹਨੇ ਜੀ ਆਪਣੇ ਖੁਦਕੁਸ਼ੀ ਕੀਤੀ ਆ। ਕੀ ਨਾਮ ਇਹਦਾ? ਇਹਦਾ ਨਾਮ ਹੈਗਾ ਸਚਿਨ ਪੁੱਤਰ ਰਾਮ ਸਿੰਘ। ਕਿੱਥੇ ਰਹਿਣ ਵਾਲਾ? ਇਹ ਜੀ ਰਹਿਣ ਵਾਲਾ ਯੂਪੀ ਦਾ, ਪਰ ਹਾਲ ਇਹ ਰਹਿ ਰਿਹਾ ਸੀਗਾ ਇੱਥੇ ਦਸੂਹੇ ਕੋਲ ਰਹਿ ਰਿਹਾ ਸੀਗਾ ਜੀ। ਹਾਂਜੀ। ਵੀਹ ਬਾਈ ਸਾਲ ਦੀ ਏਸੀ 363-66 ਦਾ ਪਰਚਾ ਸੀ ਇਹਦੇ ਉੱਤੇ। ਇਹਨੇ ਫਾਰ ਲਿਆ ਕੇ ਜੀ ਬਾਥਰੂਮ ਦੇ ਵਿੱਚ ਫੈਮਿਲੀ ਨੂੰ ਤਲਾਹ ਕੀਤੀ ਹੋਈ ਜੀ। ਮਾਨਯੋਗ ਜੱਜ ਸਾਹਿਬ ਵੀ ਉੱਥੇ ਆਏ ਸੀ, ਉਹ ਮੌਕਾ ਦੇਖ ਗਿਆ, ਸਾਰਾ ਬਿਆਨ ਵਗੈਰਾ ਲੈ ਗਿਆ ਸਾਰੇ। ਬਾਕੀ ਕਾਰਵਾਈ ਹੁਣ ਕਰਾ ਰਹੇ ਜੀ ਪੋਸਟਮਾਰਟਮ ਦੀ। ਹਾਂਜੀ ਫੈਮਿਲੀ ਨੂੰ ਤਲਾਹ ਕਰਤੀ? ਹਾਂਜੀ ਹਾਂਜੀ ਤਲਾਹ ਕਰ ਦਿੱਤੀ ਜੀ, ਆ ਰਹੇ ਨੇ ਫੈਮਿਲੀ ਵਾਲੇ। ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੰਤ ਫਤਿਹ ਸਿੰਘ ਦਾ ਜੱਦੀ ਪਿੰਡ ਬਦਿਆਲਾ ਸਾਲ 2020 ਵਿੱਚ ਗੋਦ ਲਿਆ ਸੀ, ਪਰ ਅੱਜ ਵੀ ਪਿੰਡ ਵਾਸੀ ਇੱਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਇਹ ਪਿੰਡ ਪੰਜਾਬੀ ਸੂਬਾ ਮੋਰਚੇ ਦੇ ਬਾਨੀ ਸੰਤ ਫਤਿਹ ਸਿੰਘ ਦਾ ਜੱਦੀ ਪਿੰਡ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਇੱਥੇ 25 ਬੈੱਡ ਦਾ ਹਸਪਤਾਲ ਹੈ, ਪਰ ਇਸ ਵਿੱਚ ਕੋਈ ਡਾਕਟਰ ਨਹੀਂ ਹੈ। ਇਸੇ ਤਰ੍ਹਾਂ ਵਾਟਰ ਵਰਕਸ ਦੀ ਹਾਲਤ ਵੀ ਕਾਫੀ ਖਸਤਾ ਹੈ। ਮਾਈ ਜੀ ਤੁਹਾਡਾ ਪਿੰਡ, ਤੁਹਾਨੂੰ ਪਤਾ ਵੀ ਹਰਸਿਮਰਤ ਕੌਰ ਨੇ ਗੋਦ ਲਿਆ? ਹਾਂਜੀ ਗੋਦ ਲਿਆ ਸੀਗਾ, ਉਹਨਾਂ ਨੇ ਕਿਹਾ ਸੀ ਵੀ ਮੈਂ ਪਿੰਡ ਬਦਿਆਲੇ ਦੀ ਲਾਹੌਰ ਬਦਲ ਨੂੰ ਗੋਦ ਲੈ ਕੇ, ਪਰ ਪਿੰਡ ਦੇ ਵਿੱਚ ਇੱਕੋ ਵਾਰੀ ਗੇੜਾ ਮਾਰਿਆ ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਿਹੜਾ ਪਿੰਡ ਦਾ ਵਿਕਾਸ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਸੰਤ ਫਤਿਹ ਸਿੰਘ ਪੰਜਾਬੀ ਸੂਬਾ ਦੇ ਜਨਮਦਾਤਾ ਦੇ, ਉਹਨਾਂ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਉਹਨਾਂ ਨੇ ਇੱਥੇ ਵਿਕਾਸ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਸੰਤ ਫਤਿਹ ਸਿੰਘ ਦੀ ਗੱਲ ਕਰ ਲਈਏ। ਉਹਨਾਂ ਨੇ ਬਾਦਲ ਸਾਹਿਬ ਨੇ ਐਲਾਨ ਕੀਤਾ ਸੀ ਬਰਸੀ 'ਤੇ 30 ਅਕਤੂਬਰ 'ਤੇ ਮਨਾਉਂਦੇ ਹੁੰਦੇ ਹਰ ਤਰ੍ਹਾਂ ਹੀ, ਹੋਰ ਤਾਂ ਪਾਰਟੀ ਕੋਈ ਆਉਂਦੀ ਨਹੀਂ, ਇਕੱਲਾ ਅਕਾਲੀ ਦਲ ਹੀ ਆਉਂਦਾ, ਵੀ ਅਸੀਂ ਇਹਨੂੰ ਸਰਕਾਰੀ ਪੱਧਰ 'ਤੇ ਬਰਸੀ ਨੂੰ ਮਨਾਇਆ ਕਰਾਂਗੇ, ਵੱਡੇ ਪੱਧਰ 'ਤੇ ਸਰਕਾਰੀ ਪੱਧਰ 'ਤੇ ਮਨਾ ਕੇ ਪਿੰਡ ਦੇ ਵਿੱਚ ਲੜਕੀਆਂ ਦਾ ਕੋਈ ਬਹੁਤ ਵਧੀਆ ਕਾਲਜ ਬਣਾਵਾਂਗੇ। ਪਰ ਉਹ ਸਾਨੂੰ ਇੱਕ ਚਿੱਟਾ ਹਾਥੀ ਸਾਬਤ ਹੋਇਆ, ਵੱਲੋਂ ਪਿੰਡ ਦੀ ਜ਼ਮੀਨ ਸੀਗੀ ਕਿਸੇ ਖਾਲਸੇ ਦੀ, ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੀ, ਉੱਥੇ ਇੱਕ ਸ਼੍ਰੋਮਣੀ ਕਮੇਟੀ ਦਾ ਸਕੂਲ ਬਣਾਤਾ ਜਿਹਦੀਆਂ ਫੀਸਾਂ ਬਹੁਤ ਜ਼ਿਆਦਾ ਹੈ, ਉਹਦੇ ਵਿੱਚ ਮਿਡਲ ਕਲਾਸ ਦੇ ਲੋਕ SC ਪਰਿਵਾਰਾਂ ਦੇ ਲੋਕ ਬੱਚੇ ਨਹੀਂ ਪੜ੍ਹਾ ਸਕਦੇ। ਉਦੋਂ ਵੀ ਮੈਂ ਕੀਤੂ ਪ੍ਰੰਤੂ ਕੀਤੀ ਸੀ ਵੀ ਫਿਰ ਦੂਜੇ ਸਕੂਲ ਤਾਂ ਪ੍ਰਾਈਵੇਟ ਬਹੁਤ ਹੈ ਜਿਹਦੇ ਜ਼ਿਆਦਾ ਫੀਸਾਂ ਬੈਨਾਂ 'ਤੇ ਭੇਜਣੇ ਹੈ, ਉਹ ਤਾਂ ਹੋਰ ਬੜੇ ਸਕੂਲ ਆ ਉਹਨਾਂ 'ਚ ਪੜ੍ਹਾ ਲੈਣਗੇ, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਸਾਨੂੰ, ਉਹ ਆਪਦੀ ਆਮਦਨ ਬਣਾ ਲਈ ਉਹ ਜ਼ਮੀਨ ਤੋਂ ਲੈ ਕੇ। ਜੇ ਅੱਜ ਉਹ ਪਿੰਡ ਦਾ ਵਾਹਣ ਪਿੰਡ ਦੇ ਕੋਲੇ ਹੁੰਦਾ, ਮੈਂ ਕਹਿੰਦਾ ਉਹਨਾਂ ਨੂੰ ਪਿੰਡ ਨੂੰ ਵੱਲੋਂ ਨੂੰ ਗ੍ਰਾਂਟ ਮੰਗਣ ਦੀ ਲੋੜ ਨਹੀਂ ਸੀ ਕਿਸੇ ਸਰਕਾਰ ਤੋਂ, ਜਿਵੇਂ ਵੱਲੋਂ ਦੇ ਗੁਰਮੀਤ ਸਿੰਘ ਸਮਾਜ ਸੇਵੀ ਉਹ ਪਿੰਡ ਦਾ ਸਕੂਲ ਹਾਈ ਸਕੂਲ ਬਹੁਤ ਉੱਚੇ ਪੱਧਰ 'ਤੇ ਲਿਜਾ ਸਕਦੇ ਸੀਗੇ ਉਸ ਸਕੂਲ ਨੂੰ, ਕਿਉਂਕਿ ਠੇਕਾ ਜ਼ਮੀਨ ਦਾ 75,000 ਤੱਕ ਹੋ ਗਿਆ, ਜੇ 5 ਕਿੱਲੇ ਜ਼ਮੀਨ ਹੈ ਕਿੰਨਾ ਠੇਕਾ ਬਣਦਾ ਇਸ ਸਾਲ ਵੱਲੋਂ ਲਾਈ ਜਾਂਦਾ, ਪਰ ਸਾਨੂੰ ਭੀਖ ਮੰਗਣ ਨੂੰ ਇਹ ਸਰਕਾਰਾਂ ਨੇ ਮਜਬੂਰ ਕਰਤਾ। ਵਿਕਾਸ ਨਾਂ ਦੀ, ਸੰਤਾਂ ਦੇ ਨਾਂ ਦੀ ਇੱਥੇ ਕੋਈ ਨਿਸ਼ਾਨੀ ਨਹੀਂ ਬਾਦਲ ਪਰਿਵਾਰ ਤੋਂ ਬਣੀ ਅੱਜ ਤੱਕ। ਅਗਲੀ ਗੱਲ ਆ ਗਈ ਪਿੰਡ ਦੇ ਵਿਕਾਸ ਦੀ, ਪਿੰਡ ਦੇ ਵਿਕਾਸ ਸਾਡੇ 25 ਬੈੱਡ ਦਾ ਹਸਪਤਾਲ ਸੀਗਾ ਜੋ ਬਣਾਇਆ ਤਾਂ ਬਾਦਲ ਸਾਹਿਬ ਨੇ ਸੀ, ਫੋਕਲ ਪਿੰਡ ਦੇ ਨਾਲ ਬੈਂਕ ਵੀ ਬਣਾਈ ਸੀ, ਡੰਗਰ ਹਸਪਤਾਲ ਵੀ ਬਣਾਇਆ ਸੀ ਉਹਨਾਂ ਦੀ, ਅੱਜ ਐਡੀ ਖਸਤਾ ਹਾਲਤ ਹੈ ਉੱਥੋਂ ਇਕੱਲੀਆਂ ਬਲੱਡ ਵਾਲੀਆਂ ਗੋਲੀਆਂ ਮਿਲ ਜਾਂਦੀਆਂ, ਜਿਹੜੇ 20 ਮੁਲਾਜ਼ਮ ਹੋਣਗੇ ਤਨਖਾਹ ਲੈਂਦੇ ਹੋਣਗੇ ਮੇਰਾ ਖਿਆਲ ਹੈ ਸਰਕਾਰ ਤੋਂ, ਪਰ ਇੱਥੇ ਆਉਂਦਾ ਕੋਈ ਨਹੀਂ ਇੱਕ ਮੁਲਾਜ਼ਮ ਤੋਂ ਬਿਨਾਂ। ਡਿਸਪੈਂਸਰੀ ਬਣਾਤੀ 25 ਬੈੱਡ ਤੋਂ, ਕੋਈ ਪਾਣੀ ਦੀ ਸਹੂਲਤ ਨਹੀਂ, ਕੋਈ ਬਾਥਰੂਮਾਂ ਦੀ ਸਹੂਲਤ ਨਹੀਂ। ਜਦੋਂ ਫੋਕਲ ਪਿੰਡਾਂ ਦੀ ਸਕੀਮ ਆਈ ਸੀ ਉਦੋਂ ਦੀ ਜਿਹੜੀ ਹਸਪਤਾਲ 'ਤੇ ਇੱਟ ਲੱਗੀ ਹੈ ਉਹ ਸਾਰੀ ਢਹਿ ਢੇਰੀ ਹੋ ਗਈ, ਇੱਥੇ ਕੋਈ ਸੱਪਾਂ ਦਾ ਘਰ ਬਣਿਆ ਪਿਆ, ਖੰਜਰ ਬਣ ਗਿਆ ਹਸਪਤਾਲ ਜਿਹਦੇ ਨਾਂ 'ਤੇ ਵੋਟਾਂ ਲੈਂਦੇ ਰਹੇ। ਜਨਮੇਜਾ ਸਿੰਘ ਸੇਖੋਂ ਆਏ ਸੀ ਹਸਪਤਾਲ 'ਚ,
ਉਹ ਡਿਸਪੈਂਸਰੀ ਇੱਕ ਛੋਟੀ ਜਿਹੀ ਬਣਾ ਕੇ ਕਹਿੰਦੇ ਵੀ ਇੱਥੇ ਦਵਾਈਆਂ ਤੁਹਾਨੂੰ ਫ੍ਰੀ ਮਿਲਿਆ ਕਰਨਗੀਆਂ, ਉਹ ਚਿੱਟਾ ਹਾਥੀ ਸਾਬਤ ਹੋਇਆ, ਉਹ ਖਾਲੀ ਪਿਆ। ਜਨਮੇਜਾ ਸਿੰਘ ਸੇਖੋਂ ਨੇ ਠੀਕ ਹੈ ਕੰਮ ਕੀਤੇ, ਜਿਵੇਂ ਉਹਨੇ ਕੱਸੀਆਂ ਬਣਾਈਆਂ, ਖਾਲ ਬਣਾਏ, ਪਰ ਪਿੰਡ ਦੀ ਕੋਈ ਲਹਾਰ ਨਹੀਂ ਉਹਨਾਂ ਤੋਂ ਬਦਲੀ ਗਈ। ਪਿੰਡ ਅੱਜ ਵੀ ਗੰਦਗੀ 'ਚ ਹੈ, ਇੱਦੂ 50 ਸਾਲ ਵੀ ਪਹਿਲਾਂ ਗੰਦਗੀ 'ਚ ਸੀ, ਉਦੋਂ ਗੰਦਗੀ ਵਧੀ ਹੈਗੀ। ਕੋਈ ਸੜਕ ਦੇਖ ਲਓ, ਸੜਕਾਂ ਦਾ ਬੁਰਾ ਹਾਲ ਹੋ ਗਿਆ, ਪਾਣੀ ਨੇ ਘਰਾਂ ਵਾਲੇ ਨੇ ਸੜਕਾਂ ਤੋੜਤੀਆਂ, ਲੋਕਾਂ ਦੇ ਘਰਾਂ ਦਾ ਬੁਰਾ ਹਾਲ ਹੋ ਗਿਆ। ਸਾਰਾ ਪਿੰਡ 15 ਫੁੱਟ ਮਿੱਟੀ ਪਾ ਕੇ ਲੋਕਾਂ ਦੇ ਘਰ, ਦਰਬਾਰ ਸਾਹਿਬ, ਦੁਨੇ ਗੁਰਦੁਆਰੇ ਸਾਹਿਬ ਵਿੱਚ ਦੱਬ ਤੇ ਆਹ ਵਿਕਾਸ ਹੋਇਆ ਪਿੰਡ ਦਾ। ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ, ਦਾਅਵੇ ਵਾਅਦੇ ਬਹੁਤ ਕੀਤੇ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ 15 ਕੁ ਲੱਖ ਰੁਪਈਆ ਦਿੱਤਾ ਗੋਦ ਲੈ ਕੇ, ਪਰ ਗੋਦ ਲੈਣ ਦਾ ਕੀ ਮਤਲਬ ਹੁੰਦਾ ਤੁਸੀਂ ਪੁੱਛੋ ਜੀ। ਭੋਗਪੁਰ ਪਲਾਥ ਰੋਡ ਉੱਤੇ ਪਿੰਡ ਬਜਾਜਾਂ ਵਿਖੇ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗੀ ਹੈ, ਜਿਸ ਨਾਲ ਹਜ਼ਾਰਾਂ ਟਨ ਪਰਾਲੀ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਕਿ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ, ਜੋ ਵੱਧ ਕੇ ਪਰਾਲੀ ਦੇ ਡੰਪ ਨੂੰ ਜਾ ਪਈ, ਜਿਸ ਨਾਲ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਅੱਗ ਲੱਗਣ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੇ ਅਮਲੇ ਨੂੰ ਸੂਚਿਤ ਕੀਤਾ ਗਿਆ, ਜਿਸ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਚਾਰ ਤਰੀਕ ਪੰਜਵਾਂ ਮਹੀਨਾ ਦਿਨ ਸ਼ਨੀਵਾਰ ਅਸੀਂ ਬਜਾਜਾ ਪਿੰਡ ਵਿਖੇ ਖੜੇ ਹਾਂ, ਜਿੱਥੇ ਪਰਾਲੀ ਦਾ ਡੰਪ ਲੱਗਾ ਸੀਗਾ ਰਾਣਾ ਇੰਟਰਪ੍ਰਾਈਜ਼ਰ ਦਾ। ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਜੋ ਲੋਕਾਂ ਨੇ ਨਾੜ ਨੂੰ ਅੱਗ ਲਾਈ ਆ। ਚਲੋ ਇਹਦਾ ਇੱਕ ਨੁਕਸਾਨ ਹੋਇਆ, ਇੱਕ ਜਾਨੀ ਨੁਕਸਾਨ ਵੀ ਹੋਇਆ। ਕੋਈ ਪਦਾਸਾਂ ਪਿੰਡ ਦੇ ਲਾਗੇ ਦਾ ਨੌਜਵਾਨ ਸੀਗਾ ਵੀਰ, ਅੱਗ ਦੀ ਲਪੇਟ ਵਿੱਚ ਕਹਿੰਦੇ ਰੋਡ ਤੋਂ ਜਾ ਰਿਹਾ ਸੀਗਾ, ਧੂੰਏ ਕਰਕੇ ਡਿੱਗ ਪਿਆ ਤੇ ਉਸ ਨੂੰ ਅੱਗ ਲੱਗ ਗਈ ਤੇ ਉਸਦੀ ਵੀ ਮੌਤ ਹੋ ਗਈ ਆ। ਬਹੁਤ ਹੀ ਦੁਖਦਾਈ ਖਬਰ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ, ਪ੍ਰਸ਼ਾਸਨ ਵੀ ਪਹੁੰਚਾ, SHO ਭਲੱਥ ਸਤਿਕਾਰਯੋਗ ਉਹ ਵੀ ਸਾਡੇ ਕੋਲ ਪਹੁੰਚੇ ਆ, ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵੀ ਜਲੰਧਰ, ਕਪੂਰਥਲਾ, ਕਰਤਾਰਪੁਰ, ਭਲੱਥਾਂ ਤੋਂ ਪਹੁੰਚੀਆਂ, ਪਰ ਅੱਗ ਤੇ ਕੰਟਰੋਲ ਨਹੀਂ ਪਾਇਆ ਗਿਆ। ਜੇ ਆਪਾਂ 2-4 ਦਿਨ ਹੋਰ ਕੱਢ ਲੈਂਦੇ, ਜਿਸ ਕਿਸਾਨ ਨੇ ਲਾਉਣੀ ਸੀਗੀ ਆਪਣੇ ਨਾੜ ਨੂੰ ਅੱਗ, ਜੋ ਆਪਣੀ ਵਾਹੀ ਕਰਕੇ ਆਪਣੇ ਲਾ ਲੈਂਦਾ ਤੇ ਕਿੰਨੀਆਂ ਜੇ ਨੁਕਸਾਨ ਹੋਣੋਂ ਬਚਣਾ ਸੀ। ਲੋਕਾਂ ਦੀ ਬੜੇ ਵੱਡੇ ਪੱਧਰ ਤੇ ਕਣਕ ਵੀ ਸੜ ਗਈ ਆ, ਘਰਾਂ 'ਚ ਰੱਖੀਆਂ ਤੂੜੀਆਂ ਸੜ ਗਈਆਂ ਆ, ਤੇ ਜੋ ਸਾਡਾ ਨੁਕਸਾਨ ਆ ਬਹੁਤ ਵੱਡੇ ਪੱਧਰ ਤੇ। ਪਿੱਛੇ ਤੁਸੀਂ ਦੇਖੋ ਕਿੱਦਾਂ ਅੱਗ ਦੇ ਭਾਂਬੜ ਮੱਚ ਰਹੇ ਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਆ। ਤੇ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜਿਨ੍ਹਾਂ ਤੇ ਇਹ ਅੱਗ ਹੋਈ ਆ ਵੈਰੀਫਾਈ ਕਰਕੇ ਬਣਦੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਧਰਾਵਾਂ ਲਾਈਆਂ ਜਾਣ, ਜੋ ਸਾਡਾ ਸਰਕਾਰ ਸਾਫ ਦੇ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਤੁੰਗ ਢਾਬ ਡਰੇਨ ਨੂੰ ਬੰਦ ਕਰਨ ਦਾ ਮੁੱਦਾ ਭੜਕਾ ਕੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕੀਤਾ ਜਾ ਰਿਹਾ, ਜਦਕਿ ਇਹ ਕੰਮ ਸੂਬੇ ਦਾ ਹੈ। ਇੱਥੇ ਕਾਂਗਰਸ ਸਰਕਾਰ ਵੇਲੇ ਇਸ ਲਈ ਫੰਡ ਵੀ ਦਿੱਤੇ ਗਏ ਸਨ, ਪਰ ਸੂਬਾ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਿਆ ਅਤੇ ਅਜੇ ਵੀ ਪ੍ਰੋਜੈਕਟ ਦਾ ਕੰਮ ਅਧੂਰਾ ਪਿਆ, ਅਤੇ ਜੇਕਰ ਰਾਜ ਸਰਕਾਰ ਫਿਰ ਪੈਸਾ ਨਹੀਂ ਦਿੰਦੀ ਤਾਂ ਉਹ ਜਿੱਤ ਤੋਂ ਬਾਅਦ ਕੇਂਦਰ ਤੋਂ ਪੈਸੇ ਲੈ ਕੇ ਆਉਣਗੇ। ਉਨ੍ਹਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਬਾਈਪਾਸ ਉੱਤੇ ਸਥਿਤ ਡਰੇਨ ਨੂੰ ਬੰਦ ਕਰਵਾਉਣ ਲਈ NGO ਵੱਲੋਂ ਬਣਾਈ ਗਈ ਮਨੁੱਖੀ ਚੇਨ ਵਿੱਚ ਹਿੱਸਾ ਲੈਣ ਮੌਕੇ ਕੀਤਾ ਹੈ। ਇਹ ਮੁੱਦਾ ਬਹੁਤ ਪੁਰਾਣਾ ਹੈ ਔਰ ਇਹਨੂੰ ਇਹਦੇ 'ਤੇ ਅਸੀਂ, ਕਿਉਂਕਿ ਇੱਕਦਮ ਇਹ ਪ੍ਰੋਜੈਕਟ ਨਹੀਂ ਬਣਦੇ। ਜਦੋਂ ਅਸੀਂ ਰੌਲਾ ਪਹਿਲੋਂ ਪਾਇਆ, ਈਵਨ ਕਿ ਮੈਂ ਕੇਸ ਜਦੋਂ ਮੇਰੇ ਤੋਂ ਪਹਿਲਾਂ ਇਹ ਪ੍ਰੋਜੈਕਟ ਬਣ ਗਿਆ ਸੀ, ਇਹ 2006 ਦਾ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਦਿੱਤਾ ਸੀ ਇਹਨੂੰ, ਇੱਕ ਯੂਨੈਰਮ ਦੇ ਤਹਿਤ ਸੀਵਰੇਜ ਪਾਉਣ ਦੇ ਪੈਸੇ 206 ਕਰੋੜ ਨਾਲ ਐਲੀਫੇਟ ਰੋਡ ਦੇ। ਇਸ ਅਕਾਲੀ BJP ਸਰਕਾਰ ਕੋਲ 10 ਸਾਲ ਇਹਦਾ ਸੀਵਰੇਜ ਨਹੀਂ ਪਿਆ, ਜਿਹੜਾ ਇਹਦੇ 'ਚ ਪਾਣੀ ਨਾ ਪਵੇ ਉਹ ਪ੍ਰੋਜੈਕਟ ਦਿੱਤੇ ਸੀ। ਇਹ ਲੋਕਲ ਬਾਡੀ ਮਿਨਿਸਟਰ ਵੀ ਲੋਕ ਇੱਥੇ ਰਹੇ ਨੇ, ਉਹਨਾਂ ਕੋਲੋਂ ਪ੍ਰੋਜੈਕਟ ਨਹੀਂ ਕੰਪਲੀਟ ਹੋਇਆ। ਔਰ ਉਸ ਤੋਂ ਇਲਾਵਾ ਜਦੋਂ ਲੋੜ ਪਈ ਇਹੀ
ਕੋਰਟ 'ਚ ਹਾਈ ਕੋਰਟ ਗਿਆ ਮੈਂ, ਅਸੀਂ ਜਦੋਂ ਮੈਂ ਕੌਂਸਲਰ ਨਹੀਂ ਸੀ ਅਜੇ, ਪੈਸੇ ਇਕੱਠੇ ਕਰਕੇ ਅਸੀਂ ਹਾਈ ਕੋਰਟ 'ਚ ਕੇਸ ਦਾ ਲੜਦੇ ਰਹੇ। ਪ੍ਰੋਜੈਕਟ ਐਵੇਂ ਨਹੀਂ ਹੋਣ ਚਾਹਿਆ ਜਿਹੜਾ ਜਾਇਕਾ ਪ੍ਰੋਜੈਕਟ ਸੀ, ਇਹਦੇ ਲਈ ਪਹਿਲਾਂ ਹਾਈ ਕੋਰਟ ਨੇ ਇਹਨਾਂ ਨੂੰ ਵਾਰ ਵਾਰ ਸੱਦਿਆ ਸਟੇਟਾਂ ਨੂੰ, ਫਿਰ ਜਾ ਕੇ ਪ੍ਰੋਜੈਕਟ ਬਣਿਆ ਸੀ। ਪਰ ਇਹਨਾਂ ਨੇ ਜਦੋਂ ਉਹ ਪ੍ਰੋਜੈਕਟ ਬਣਿਆ ਉਦੋਂ ਪਾਪੂਲੇਸ਼ਨ ਘੱਟ ਸੀ, ਫਿਰ ਵੱਧ ਗਈ, ਉਹ ਪ੍ਰੋਜੈਕਟ ਛੋਟਾ ਹੋ ਗਿਆ। ਹੁਣ ਦੁਬਾਰਾ ਉਹਦੇ 'ਤੇ ਅਸੀਂ ਕੋਸ਼ਿਸ਼ ਕੀਤੀ, 10 ਸਾਲ ਇਹਨਾਂ ਸੀਵਰੇਜ ਨਹੀਂ ਪਾਇਆ, 17 'ਚ ਆ ਕੇ ਇਸ ਇਲਾਕੇ ਦਾ ਸੀਵਰੇਜ ਹੁਣ ਤੱਕ ਅਸੀਂ 64 ਸਾਲਾਂ 'ਚ ਕੰਪਲੀਟ ਕਰਕੇ ਦਿੱਤਾ ਪਿਛਲੀ ਗੌਰਮੈਂਟ ਦੇ ਵਿੱਚ। ਇਹ ਮੈਂਬਰ ਪਾਰਲੀਮੈਂਟ ਦਾ ਕੰਮ ਆ ਪ੍ਰੋਜੈਕਟ ਨੂੰ ਉਠਾਉਣਾ, ਸੈਂਟਰ ਗੌਰਮੈਂਟ ਜਵਾਬਦੇਹ ਬਣਾਉਂਦੀ ਹੈ, ਫਿਰ ਇਹ ਪ੍ਰੋਜੈਕਟ ਬਣਦੇ ਨੇ। ਹੁਣ ਆ ਵੇਖੋ 21 ਦਾ, 22 ਦਾ, 17 ਤੋਂ ਲੈ ਕੇ ਲਗਾਤਾਰ ਆ ਸਾਰੀਆਂ ਲੈਟਰਸ ਨੇ। ਅੱਜ ਆ ਕੇ 2024 'ਚ ਇਹ ਹੁਣ 'ਚ ਆਇਆ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਈਪ ਅੱਗੇ ਪਾਉਂਦੇ ਹਾਂ, ਅਤੇ ਨਾਲ ਮੈਂ ਕਿਹਾ ਕਿ ਅੱਗੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਓ, ਕਿਉਂਕਿ ਪਾਣੀ ਸਾਫ਼ ਹੋ ਕੇ ਅੱਗੇ ਜਾਵੇ। ਅੱਗੇ ਫਿਰ ਕੌਣ ਨੇ? ਅੱਗੇ ਸਾਡੀ ਲੋਕ ਬੇਟੀ, ਸਾਡੀ ਜਨਤਾ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਿਰਮਾਣ ਦੇ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।